ਮੋਬਾਈਲ ਖੋ ਕੇ ਭੱਜ ਰਹੇ ਦੋ ਲੁੱਟੇਰਿਆਂ ਨੂੰ ਮੌਕੇ ਦੇ ਉੱਤੇ ਹੀ ਕਾਬੂ ਕੀਤਾ ਗਿਆ ਦਰਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਦੋ ਬਾਈਕ ਸਵਾਰ ਲੁੱਟੇਰਿਆਂ ਦੇ ਵੱਲੋਂ ਪਹਿਲਾ ਤਾਂ ਇੱਕ ਰਾਹ ਜਾਂਦੇ ਸ਼ਖਸ ਦੇ ਕੋਲੋਂ ਮੋਬਾਈਲ ਲੁੱਟਿਆ ਗਿਆ ਪਰ ਉਸ ਸ਼ਖਸ ਨੇ ਦਲੇਰੀ ਦਿਖਾਉਂਦੇ ਹੋਏ ਜੋ ਬਾਈਕ ਦੇ ਪਿੱਛੇ ਬੈਠਾ ਸੀ ਲੁੱਟੇਰਾ ਉਸ ਦੀ ਸ਼ਰਟ ਨੂੰ ਫੜ ਲਿਆ ਅਤੇ ਕਾਫੀ ਦੂਰ ਤੱਕ ਦੱਸਿਆ ਜਾ ਰਿਹਾ ਹੈ ਕਿ ਇਹ ਲੁੱਟੇਰੇ ਉਸ ਸ਼ਖਸ ਨੂੰ ਘੜੀਜ਼ੇ ਹੋਏ ਲੈ ਗਏ ਜਿਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਦ ਅੱਗੇ ਸਪੀਡ ਬ੍ਰੇਕਰ ਆਇਆ ਤਾਂ ਉਸ ਤੋਂ ਬਾਅਦ ਲੁੱਟੇਰਿਆਂ ਦਾ ਜੋ ਬਾਈਕ ਸੀ ਇੱਕ ਕਾਰ ਦੇ ਨਾਲ ਜਾ ਕੇ ਟਕਰਾ ਗਿਆ ਜਿਸ ਦੇ ਵਿੱਚ ਦੋਵੇਂ ਹੀ ਲੁੱਟੇਰੇ ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗ ਜਾਂਦੇ ਨੇ ਹਾਲਾਂਕਿ ਮੌਕੇ ਦੇ ਉੱਤੇ ਪਹੁੰਚੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਤੇ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਸ਼ਖਸ ਦੀ ਦਲੇਰੀ ਦੇ ਕਾਰਨ ਦੋ ਲੁੱਟੇਰਿਆਂ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਦੱਸ ਦਈਏ ਕਿ ਉਹ ਸ਼ਖਸ ਫੈਕਟਰੀ ਦੇ ਵਿੱਚ ਕੰਮ ਕਰਕੇ ਜਦੋਂ ਘਰ ਵਾਪਸ ਜਾ ਰਿਹਾ ਸੀ ਤਾਂ ਸੁੰਨਸਾਨ ਰਸਤੇ ਦੇ ਉੱਤੇ ਦੋ ਬਾਈਕ ਸਵਾਰ ਲੁੱਟੇਰਿਆਂ ਦੇ ਵੱਲੋਂ ਉਸ ਦੇ ਕੋਲੋਂ ਮੋਬਾਈਲ ਫੋਨ ਖੋਲਿਆ ਜਾਂਦਾ ਹੈ ਤੇ ਫਿਰ ਮੋਬਾਈਲ ਫੋਨ ਖੋ ਕੇ ਜਦੋਂ ਭੱਜਦੇ ਹੁੰਦੇ ਆ ਨੇ ਤਾਂ ਸ਼ਖਸ ਦੇ ਵੱਲੋਂ ਦਲੇਰੀ ਦਿਖਾਉਂਦੇ ਹੋਏ ਜੋ ਬਾਈਕ ਦੇ ਪਿੱਛੇ ਬੈਠਾ ਲੁੱਟੇਰਾ ਹੁੰਦਾ ਉਸ ਦੀ ਸ਼ਰਟ ਨੂੰ ਫੜ ਲਿਆ ਜਾਂਦਾ ਹੈ ਤੇ ਸ਼ਰਟ ਨੂੰ ਜਦੋਂ ਫੜਦੇ ਨੇ ਤਾਂ ਲੁੱਟੇਰੇ ਤੇਜ਼ੀ ਦੇ ਨਾਲ ਬਾਈਕ ਭਜਾਉਂਦੇ ਨੇ ਜਿਸ ਦੇ ਵਿੱਚ ਉਹ ਸ਼ਖਸ ਨੀਚੇ गिर ਜਾਂਦਾ ਤੇ ਉਸ ਲੁਟੇਰੇ ਦੀ ਜੋ ਸ਼ਾਰਟ ਹੁੰਦੀ ਆ ਉਹ ਨੂੰ ਨਹੀਂ ਛੱਡਦਾ ਤੇ ਘੱਟੋ ਘੱਟ 1 ਤੋਂ 1.5 ਕਿਲੋਮੀਟਰ ਘੜੀਜ਼ਾ ਹੋਇਆ ਅੱਗੇ ਚਲਾ ਜਾਂਦਾ ਜਿਸ ਤੋਂ ਬਾਅਦ ਅੱਗੇ ਜਾ ਕੇ ਜਦੋਂ ਸਪੀਡ ਬ੍ਰੇਕਰ ਆਉਂਦਾ ਤਾਂ ਸਪੀਡ ਬ੍ਰੇਕਰ ਦੇ ਉੱਤੇ ਦੱਸਿਆ ਜਾ ਰਿਹਾ ਕਿ ਉਹਨਾਂ ਆਦਿ ਉਹਨਾਂ ਦੀ ਟੱਕਰ ਜੋ ਹੈ ਇੱਕ ਕਾਰ ਦੇ ਨਾਲ ਹੋ ਜਾਂਦੀ ਹੈ ਜਿਸ ਦੇ ਵਿੱਚ ਦੋਵੇਂ ਹੀ ਲੁਟੇਰੇ ਜ਼ਮੀਨ ਤੇ ਡਿੱਗ ਜਾਂਦੇ ਨੇ ਤੇ ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਮੋਬਾਈਲ ਖੋ ਕੇ ਭੱਜ ਰਹੇ ਦੋ ਲੁੱਟੇਰਿਆਂ ਨੂੰ ਮੌਕੇ ਦੇ ਉੱਤੇ ਹੀ ਕਾਬੂ ਕੀਤਾ ਗਿਆ ਦਰਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਦੋ ਬਾਈਕ ਸਵਾਰ ਲੁੱਟੇਰਿਆਂ ਦੇ ਵੱਲੋਂ ਪਹਿਲਾ ਤਾਂ ਇੱਕ ਰਾਹ ਜਾਂਦੇ ਸ਼ਖਸ ਦੇ ਕੋਲੋਂ ਮੋਬਾਈਲ ਲੁੱਟਿਆ ਗਿਆ ਪਰ ਉਸ ਸ਼ਖਸ ਨੇ ਦਲੇਰੀ ਦਿਖਾਉਂਦੇ ਹੋਏ ਜੋ ਬਾਈਕ ਦੇ ਪਿੱਛੇ ਬੈਠਾ ਸੀ ਲੁਟੇਰਾ ਉਸ ਦੀ ਸ਼ਰਟ ਨੂੰ ਫੜ ਲਿਆ ਅਤੇ ਕਾਫੀ ਦੂਰ ਤੱਕ ਦੱਸਿਆ ਜਾ ਰਿਹਾ ਹੈ ਕਿ ਇਹ ਲੁਟੇਰੇ ਉਸ ਸ਼ਖਸ ਨੂੰ ਘੜੀਜ਼ੇ ਹੋਏ ਲੈ ਗਏ ਜਿਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਦ ਅੱਗੇ ਸਪੀਡ ਬ੍ਰੇਕਰ ਆਇਆ ਤਾਂ ਉਸ ਤੋਂ ਬਾਅਦ ਲੁਟੇਰਿਆਂ ਦਾ ਜੋ ਬਾਈਕ ਸੀ ਇੱਕ ਕਾਰ ਦੇ ਨਾਲ ਜਾ ਕੇ ਟਕਰਾ ਗਿਆ ਜਿਸ ਦੇ ਵਿੱਚ ਦੋਵੇਂ ਹੀ ਲੁੱਟੇਰੇ ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗ ਜਾਂਦੇ ਨੇ ਹਾਲਾਂਕਿ ਮੌਕੇ ਦੇ ਉੱਤੇ ਪਹੁੰਚੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਤੇ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਸ਼ਖਸ ਦੀ ਦਲੇਰੀ ਦੇ ਕਾਰਨ ਦੋ ਲੁੱਟੇਰਿਆਂ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਦੱਸਦੀ ਹੈ ਕਿ ਉਹ ਸ਼ਖਸ ਫੈਕਟਰੀ ਦੇ ਵਿੱਚ ਕੰਮ ਕਰਕੇ ਜਦੋਂ ਘਰ ਵਾਪਸ ਜਾ ਰਿਹਾ ਸੀ ਤਾਂ ਸੁੰਨਸਾਨ ਰਸਤੇ ਦੇ ਉੱਤੇ ਦੋ ਬਾਈਕ ਸਵਾਰ ਲੁੱਟੇਰਿਆਂ ਦੇ ਵੱਲੋਂ ਉਸ ਦੇ ਕੋਲੋਂ ਮੋਬਾਈਲ ਫੋਨ ਖੋਲਿਆ ਜਾਂਦਾ ਤੇ ਫਿਰ ਮੋਬਾਈਲ ਫੋਨ ਖੋ ਕੇ ਜਦੋਂ ਭੱਜਦੇ ਹੁੰਦੇ ਆ ਨੇ ਤਾਂ ਸ਼ਖਸ ਦੇ ਵੱਲੋਂ ਦਲੇਰੀ ਦਿਖਾਉਂਦੇ ਹੋਏ ਜੋ ਬਾਈਕ ਦੇ ਪਿੱਛੇ ਬੈਠਾ ਲੁੱਟੇਰਾ ਹੁੰਦਾ ਉਸ ਦੀ ਸ਼ਰਟ ਨੂੰ ਫੜ ਲਿਆ ਜਾਂਦਾ ਤੇ ਸ਼ਰਟ ਨੂੰ ਜਦੋਂ ਫੜਦੇ ਨੇ ਤਾਂ ਲੁੱਟੇਰੇ ਤੇਜ਼ੀ ਦੇ ਨਾਲ ਬਾਈਕ ਭਜਾਉਂਦੇ ਨੇ ਜਿਸ ਦੇ ਵਿੱਚ ਉਹ ਸ਼ਖਸ ਨੀਚੇ ਗਿਰ ਜਾਂਦਾ ਤੇ ਉਸ ਲੁੱਟੇਰੇ ਦੀ ਜੋ ਸ਼ਰਟ ਹੁੰਦੀ ਆ ਉਹ ਨੂੰ ਨਹੀਂ ਛੱਡਦਾ ਤੇ ਘੱਟੋ ਘੱਟ 1 ਤੋਂ 1.5 ਕਿਲੋਮੀਟਰ ਘੜੀਜ਼ਾ ਹੋਇਆ ਅੱਗੇ ਚਲਾ ਜਾਂਦਾ ਜਿਸ ਤੋਂ ਬਾਅਦ ਅੱਗੇ ਜਾ ਕੇ ਜਦੋਂ ਸਪੀਡ ਬ੍ਰੇਕਰ ਆਉਂਦਾ ਤਾਂ ਸਪੀਡ ਬ੍ਰੇਕਰ ਦੇ ਉੱਤੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਉਹਨਾਂ ਦੀ ਟੱਕਰ ਜੋ ਹੈ ਇੱਕ ਕਾਰ ਦੇ ਨਾਲ ਹੋ ਜਾਂਦੀ ਹੈ ਜਿਸ ਦੇ ਵਿੱਚ ਦੋਵੇਂ ਹੀ ਲੁੱਟੇਰੇ ਜ਼ਮੀਨ ਤੇ ਡਿੱਗ ਜਾਂਦੇ ਨੇ ਤੇ ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ